ਮੈਨੂੰ ਕਹਿੰਦਾ ਜੀ ਮੇਰੇ ਕਮਰੇ ਤੱਕ ਚੱਲ, ਮੂੰਹ ਡੁਬੋ ਕੇ ਕੁੱਟਿਆ, ਗਲ ਵੀ ਘੁੱਟਿਆ, ਸਿਰ ਵੀ ਕੁੱਟਿਆ, ਜੋ ਜੀ ਮੈਂ ਰੌਲਾ ਪਾਤਾ ਜੀ, ਉਹਨੇ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਜੀ, ਜੋ ਮੇਰੇ ਨਾਲ ਬਣਿਆ, ਜੋ ਆਮਰ ਵਿੱਤ ਕਰਕੇ ਸਾਰਾ ਕੁਛ ਕਰਤਾ ਜੀ ਮੇਰੇ ਨਾਲ ਉਹਨੇ। ਕਹਿੰਦੇ ਜੀ ਮੈਨੂੰ ਐਸ ਐਚ ਓ ਸਾਹਿਬ ਆਏ ਨੇਗੇ, ਕਹਿੰਦੇ ਆ ਜਾ, ਮੈਨੂੰ ਬਿਠਾ ਲਏ ਜੀ, ਸਕੂਟਰ 'ਤੇ ਲੈ ਗਏ ਜੀ, ਮੈਨੂੰ ਕਹਿੰਦੇ ਕਹਿੰਦੇ ਮੇਰੇ ਕੁਆਟਰ ਤੱਕ ਚੱਲ, ਕਹਿੰਦਾ ਮੇਰੇ ਨਾਲ ਜੀ ਉਹਨੇ ਐਮਰਜੈਂਸੀ ਕੰਮ ਬਹੁਤ ਬਾਲਾ ਕੀਤਾ ਜੀ, ਮੇਰੇ ਕੁੱਟੇ ਬਥੇਰਾ, ਮੂੰਹ ਡੁਬੋ ਕੇ ਕੁੱਟਿਆ, ਗਲ ਵੀ ਘੁੱਟਿਆ, ਸਿਰ ਵੀ ਕੁੱਟਿਆ। ਕੀ ਕਹਿੰਦਾ ਸੀ ਤੈਨੂੰ? ਮੈਨੂੰ ਕਹਿੰਦਾ ਜੀ ਮੇਰੇ ਕਮਰੇ ਤੱਕ ਚੱਲ, ਜੋ ਜੀ ਮੈਂ ਰੌਲਾ ਪਾਤਾ ਜੀ, ਉਹਨੇ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਜੀ, ਕੁੱਟਕ ਟਾਪਾ ਬਹੁਤ ਕਰਿਆ ਜੀ ਮੇਰਾ, ਫਿਰ ਉਹਨੇ ਜੀ ਮੈਨੂੰ ਬਸ ਜੋ ਮੇਰੇ ਨਾਲ ਬਣਿਆ, ਜੋ ਆਮਰ ਵਿੱਤ ਕਰਕੇ ਸਾਰਾ ਕੁਛ ਕਰਤਾ ਜੀ ਮੇਰੇ ਨਾਲ ਉਹਨੇ। ਕੀ ਕੁਛ ਕੀਤਾ ਜੀ ਮੇਰੇ ਨਾਲ? ਸਾਰੀ ਮਾੜਾ ਚੰਗਾ ਕੰਮ ਜੀ, ਸਾਰੀ ਕੁਛ ਸਾਰਾ ਕਰਿਆ ਨੇ ਮੇਰੇ ਨਾਲ। ਹਾਂਜੀ ਮੈਂ ਜੀ ਮੈਂ ਤੋਂ ਨਹੀਂ ਉੱਠ ਗਿਆ ਜੀ, ਫਿਰ ਜੀ ਮੈਨੂੰ ਆ ਕੇ ਵੱਡੇ ਸਾਹਿਬ ਨੇ ਹਟਾਇਆ, ਫਿਰ ਮੁਲਾਜ਼ਮ ਵੀ ਦੂਜੇ ਕੁੱਟੇ ਉਹਨੇ, ਫਿਰ ਜੀ ਮੈਨੂੰ ਵੱਡੇ ਸਾਹਿਬ ਨੇ ਆ ਕੇ ਹਟਾਇਆ, ਫਿਰ ਉਹਨੇ ਕੋਠੀ ਭੇਜਿਆ, ਫਿਰ ਮੈਨੂੰ ਟੋਲਦਾ ਫਿਰਿਆ ਜੀ, ਫਿਰ ਜੀ ਮੈਂ ਸਰਪੰਚ ਦੀ ਆ ਕੇ ਬਹਿ ਗਈ ਜੀ, ਸਰਪੰਚ ਨੇ ਆ ਕੇ ਜੀ ਮੈਨੂੰ ਕਿਹਾ, ਕਹਿੰਦਾ ਤੇਰੀ ਖੁਸ਼ੀ ਕਹਿੰਦਾ ਜੀ ਜਦੋਂ ਮੈਂ ਉਹਦੇ ਨਾਲ ਕੋਈ ਉਹ ਨਹੀਂ ਕਰ ਜਦੋਂ ਜੀ ਮੈਂ ਉਹਦੇ ਨਾਲ ਕੋਈ ਉਹ ਨਹੀਂ ਕੀਤਾ ਹੈਗਾ, ਮੈਨੂੰ ਕਹਿੰਦੇ ਮੇਰੇ ਨਾਲ ਜੀ ਉਹਨੇ ਇਲਜ਼ਾਮ ਝੂਠਾ ਲਾਇਆ ਜੀ। ਜੋ ਮੈਨੂੰ ਪਤਾ ਲੱਗਿਆ, ਮੈਂ ਛੁੱਟੀ ਤੋਂ ਆਇਆ ਤੇ ਮੈਂ ਪਤਾ ਕੀਤਾ ਇਸ ਸੰਬੰਧੀ, ਜੋ ਜਿਹੜਾ ਮੇਰਾ ਪ੍ਰੇਮ ਸਹੀ ਹੈਗਾ ਨਾ, ਉਹਦੀ ਕੋਈ ਚੈਨੀ ਦੱਸਦੇ ਨੇ ਵੀ ਉਹਦੀ ਗੁੰਮ ਹੋ ਗਈ ਸੀਗੀ, ਉਹ ਜਿਹੜੀ ਸਾਡੀ ਲੇਡੀਜ਼ ਹੈਗੀ ਆ ਉਹ ਉੱਥੇ ਸਫਾਈ ਸੇਵਕ ਲੱਗੀ ਹੈ ਚੌਂਕੀ ਆਪਣੇ ਚੌਂਕੀ ਦੇ ਵਿੱਚ, ਅਤੇ ਉਹਨੇ ਜੋ ਪਤਾ ਲੱਗਿਆ ਉਹ ਜੋ ਵਰਸ਼ਨ ਉਹਦਾ ਹੈਗਾ, ਉਹ ਕਹਿੰਦਾ ਵੀ ਮੈਂ ਇਹਨਾਂ ਨੂੰ ਰੋਕਿਆ ਸੀ ਮੇਰੇ ਕਮਰੇ ਦੇ ਵਿੱਚ, ਤੁਸੀਂ ਨਾ ਜਾਇਆ ਕਰੋ, ਅਤੇ ਵੀ ਮੇਰਾ ਸਮਾਨ ਪਿਆ ਉਹ ਐਕਚੁਲੀ ਕਹਿੰਦਾ ਉਹਦੀ ਗੈਰ ਹਾਜ਼ਰੀ ਦੇ ਵਿੱਚ ਕਦੇ ਉਹਦੇ ਰੂਮ 'ਚ ਚਲੀ ਗਈ ਹੋਣੀ, ਅਤੇ ਉਹਦੀ ਕਦੇ ਉੱਥੋਂ ਜਿਹੜੀ ਹੈਗੀ ਚੈਨੀ ਸੀ ਸੋਨੇ ਦੀ ਉਹ ਕਦੇ ਮਿਸਪਲੇਸ ਹੋ ਗਈ, ਉਹ ਸ਼ੱਕ ਸੁਭਾਅ ਦੀ ਆਧਾਰ 'ਤੇ ਠੀਕ ਹੈ ਨਾ, ਉਹਨੇ ਕਦੇ ਆਪਣੇ ਲੈਵਲ 'ਤੇ ਪੁੱਛ ਗਿੱਛ ਕਰ ਲਈ ਹੋਊ, ਮੇਰੇ ਤਾਂ ਇਸ ਗੱਲ ਦੀ ਧਿਆਨ 'ਚ ਹੈ ਨਹੀਂ ਗੀ ਠੀਕ ਹੈ ਨਾ। ਪਰ ਮੈਨੂੰ ਜੋ ਪਤਾ ਲੱਗਿਆ, ਮੈਂ ਇਸ ਸੰਬੰਧੀ ਜਿਹੜਾ ਹੈਗਾ ਏਐਸ ਆਈ ਪ੍ਰੇਮ ਸਿੰਘ ਨੂੰ ਅਸੀਂ ਉਹ ਸਸਪੈਂਡ ਕਰਕੇ ਉਹਦੇ ਕਾਗਜ਼ ਬਣਾ ਕੇ ਅਸੀਂ ਪੁਲਿਸ ਲਾਈਨ ਦੀ ਰਵਾਨਗੀ ਕਰਤੀ, ਅਤੇ ਸੀਨੀਅਰ ਅਫਸਰਾਂ ਕੋਲ ਉਹਦੇ ਡਾਕੂਮੈਂਟ ਭੇਜੇ ਤੇ ਉਹਦੇ ਜਿਹੜੇ ਉਹਦੇ ਬਿਆਨ ਜਿਹੜੇ ਹੈਗੇ ਨੇ, ਮੈਂ ਚੌਂਕੀ ਜੱਜ ਨਾਲ ਗੱਲ ਕੀਤੀ ਆ, ਉਹਦੇ ਬਿਆਨ ਦਰਜ ਰਜਿਸਟਰ ਆਪਣੇ ਕਰ ਲਿਆ ਸੀ, ਉਹਦੇ ਬਿਆਨਾਂ ਦੇ ਸਿੰਪਲ ਸੱਟਾਂ ਨੇ ਗੀਆਂ, ਕੋਈ ਉਹ ਨਹੀਂ ਹੈਗੀ ਨੇਚਰ ਇੰਜਰੀ ਨਹੀਂ ਹੈਗੀ ਠੀਕ ਹੈ ਨਾ, ਉਸ ਸੰਬੰਧੀ ਅਸੀਂ ਉਹਦੀ ਰਬਟ ਪਾਈ ਹੋਈ ਆ। ਨਹੀਂ ਰਬਟ ਧਾਰਾ ਨਹੀਂ ਹੁੰਦੀ ਹੈ, ਇਹਨੂੰ ਜੋ ਸਾਡੀ ਮਹਿਕਮੇ ਦੀ ਵਿਭਾਗੀ ਜੋ ਕਾਰਵਾਈ ਹੈਗੀ ਆ ਉਹ ਲਿਖ ਕੇ ਅਸੀਂ ਭੇਜਤੀ ਸੀਨੀਅਰ ਅਫਸਰਾਂ ਕੋਲ, ਜੋ ਅਗਲਾ ਹੁਕਮ ਹੋਊਗਾ ਉਸ ਸੰਬੰਧੀ।